ਤੇ ਹੁਣੇ ਹੋਈ ਆ ਬੱਚੇ ਮੇਰੇ ਉੱਠਣ ਤੇ ਫਿਰ ਆਪਾਂ ਐਕਸਾਈਟਮੈਂਟ ਤਲੇ ਤਾਂ ਤੋੜਦੇ ਆਂ ਤੈਨੂੰ ਕਿੰਨੇ ਕਿਹਾ ਰੋ ਸੀ ਮਾਰਨ ਦਾ ਚੁੱਕਾ ਜੀ ਚੁੱਕਾ ਸਾਡੇ ਪੰਡ ਜੀ ਹੈ ਨਾ ਬਹੁਤ ਬਹੁਤ ਵਧੀਆ ਕਰ ਰਹੇ ਆ ਜੀ ਇੱਕ ਦਰਸ਼ਕ ਆ ਗਿਆ ਹਮਾਰਾ ਸਟੇਡੀਅਮ ਮੇ ਜਬਰਦਸਤੀ ਉਠਾਇਆ ਜੀ ਗੁੱਡ ਮਾਰਨਿੰਗ ਮੇਰੀ ਤੇ ਹੁਣੇ ਹੋਈ ਆ ਲੇਟ ਆਇਆ ਸਾਂ ਚਾਰ ਵਜੇ ਕੰਮ ਤੋਂ ਮੈਂ ਕਿਹਾ ਇੱਕ ਆਊਟ ਆ ਫਟਾਫਟ ਉੱਠ ਕੇ ਮੈਂ ਟੀਵੀ ਲਾਵਾਂ ਇੰਜ ਲਾਏ ਲਾਉਂਦੇ ਲਾਉਂਦੇ ਤਿੰਨ ਹੋ ਗਏ ਬੱਚੇ ਮੇਰੇ ਸੁੱਤੇ ਨੇ ਅਜੇ ਸ਼ਿਵਨ ਦੁਬੇ ਜੀ ਆਏ ਹੁਣ 8.3 ਓਵਰਾਂ 'ਚ ਤਿੰਨ ਇਹਨਾਂ ਇਹਨਾਂ ਕੋਲ ਆਇਆ ਸਾਡੇ ਕੋਲ ਤਿੰਨ ਮੇਨ ਪਲੇਅਰ ਦੇ ਆਊਟ ਹੋ ਗਏ ਬਾਈ ਕੋਹਲੀ ਰੋਹਿਤ ਵਧੀਆ ਖੇਲ ਗਏ ਤਿੰਨੋਂ ਵੀ ਦੋਏ ਵਧੀਆ ਖੇਲ ਗਏ ਨਾ ਕੁਮਾਰ ਯਾਦਵ ਸਾਹਿਬ ਦੇ ਆਉਂਦਾ ਜੀ ਛੱਕਾ ਮਾਰ ਕੇ ਆਊਟ ਹੋ ਗਏ ਬਸ ਚਲੋ ਬੱਚੇ ਮੇਰੇ ਸੁੱਤੇ ਨੇ ਅਜੇ ਗੁੱਡ ਮਾਰਨਿੰਗ ਅਤੇ ਨਾਲ ਥੈਂਕ ਯੂ ਜੀ ਸਾਰਿਆਂ ਦਾ ਲਾਸਟ ਵਲੋਗ ਤੁਸੀਂ ਬੜਾ ਲਾਈਕ ਕੀਤਾ ਸੀ ਕ੍ਰਿਕਟ ਦਾ ਹੁਣ ਅਤੇ ਮੈਂ ਕਿਹਾ ਚਲੋ ਅੱਜ ਬੱਚੇ ਘਰ ਹਨ ਇਹ ਦੁਬਾਰਾ ਬਣਾ ਲਈਏ ਦੁਬਾਰਾ ਰਿਪੀਟ ਨਾ ਲੱਗੇ ਇੱਦਾਂ ਬਣਾ ਰਿਹਾ ਮੈਂ ਪੰਜ ਸਾਹਿਬ ਨੇ ਛੱਕਾ ਮਾਰਤਾ ਜੀ ਛੱਕਾ ਮਾਰਤਾ ਇਹ ਤੁਹਾਨੂੰ ਦੱਸਦੇ ਹਾਂ ਜੀ ਮੈਂ ਰਾਣਾ ਬੈਠਾ ਜੀ ਸਾਂ ਅਜੇ ਦੇਖੋ ਜੀ ਦੇਖੋ ਜੀ ਵਾਹ ਭਈਆ ਵਾਹ ਸ਼ਾਬਾਸ਼ 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 ਵਿੱਦਾ ਵਿੰਡ ਮਾਰਿਆ ਨੇ ਇੱਥੇ ਵਿੰਡ ਚੱਲਦੀ ਹੈ ਨਾ ਲੈਗ ਸਾਈਡ 'ਤੇ ਵਿੰਡ ਚੱਲ ਰਹੀ ਹੈ ਇਸ ਟਾਈਮ 'ਤੇ ਇਹਨੂੰ ਤਾਂ ਇਹੀ ਬਾਲ ਚਾਹੀਦੇ ਨੂੰ ਲੱਤ ਕੋਲ ਕਰਾਓ ਤਾਂ ਪੁੱਤਰੋ ਤੁਹਾਨੂੰ ਮੈਂ ਤੁਹਾਡੀ ਲੱਤਾਂ ਤੋੜਦੇ ਹਾਂ ਤੁਸੀਂ ਮੇਰੀ ਲੱਤਾਂ ਫੜਦੇ ਹੋ ਪੰਜ ਤੱਟ ਹੋ ਗਿਆ ਜੀ ਯਾਰ ਚੰਗਾ ਬੜਾ ਸਿੱਧਾ ਖੇਲਣਾ ਅਤੇ ਤੈਨੂੰ ਕਿੰਨੇ ਕਹਿ ਰਹੇ ਸੀ ਮਾਰਨ ਦੇ ਛੱਕਾ ਚੌਕਾ ਤੂੰ ਆਲਰੇਡੀ ਮਾਰ ਬੈਠਾ ਸਾਂ ਚਾਰ ਹੋ ਗਏ ਜੀ 108 'ਤੇ ਪਾਂਡੇ ਜੀ ਛੱਕਾ ਮਾਰਿਆ ਇੱਕ ਸ਼ਾਟ ਓਵਰ ਚੁੱਕਾ ਜੀ ਚੁੱਕਾ ਪਾਂਡੇ ਜੀ ਵਰਲਡ ਕੱਪ ਤਾਂ ਬਹੁਤ ਵਧੀਆ ਕਰ ਰਹੇ ਨੇ ਜੀ ਇਹ ਸਾਡੇ ਪਾਂਡੇ ਜੀ ਹੈ ਨਾ ਬਹੁਤ ਬਹੁਤ ਵਧੀਆ ਕਰ ਰਹੇ ਹੈ ਜੀ ਹਮੇ ਇਹ ਚਾਹੀਏ ਬੜੀਆ ਪੰਜ ਓਵਰ ਹੈ ਇਸਕੇ ਬਾਅਦ ਅਬ ਇਹ ਲਗਾ ਗਏ ਅਗਰ ਪੰਜ ਓਵਰ 50 ਹੋਰ 190 ਗੁੱਡ 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 ਆਪਾਂ ਹੁਣ ਕਰ ਲਈਏ ਨਾਸ਼ਤਾ ਸਾਡਾ ਨਾਸ਼ਤਾ ਆ ਗਿਆ ਉਹੀ ਹੈ ਬ੍ਰੈਡ ਬਟਰ ਆ ਗਿਆ ਜੀ ਪਹਿਲਾ ਛੱਕਾ ਦੁਬੇ ਸਾਹਿਬ ਦਾ ਦੁਬੇ ਸਾਹਿਬ ਨੇ ਵੀ ਛੱਕਾ ਮਾਰਿਆ ਹੁਣ ਪਤਾ ਲੱਗਿਆ ਕਿ ਇਹ ਵੀ ਇੰਡੀਆ ਤੋਂ ਆਏ ਦਿਨ ਇਹ ਵੀ ਆਪਣੀ ਬੈਟ ਕਿੱਟ ਲੈ ਕੇ ਆਏ ਦਿਨ ਜੀ ਮੈਂ ਸੋਚਿਆ ਨਹੀਂ ਤਾਂ ਵਿਚਾਰੇ ਮੈਚ ਮੁੱਦੇ ਕੇ ਚੱਲ ਜਾਣਾ ਤਾਂ ਚਾਰ ਵਾਰ ਖੇਲਦਾ ਜੀ ਵਾਪਸ ਅੱਜ 17 ਬਾਲ ਖੇਲ ਗਏ ਦੁਬੇ ਜੀ ਦੁਬੇ ਜੀ ਐਂਡ ਹਾਰਦਿਕ ਜੀ ਨੇ ਅੱਜ ਕਮਾਲ ਕਰਨਾ ਤੇ ਇੰਡੀਆ ਜਿਹੜਾ 200 ਦੇ ਗਰੀਬ ਪੁੱਜੇ ਇਹ ਬੋਲਿੰਗ ਕਰਾ ਰਿਹਾ ਜੀ ਕੋਈ ਨਾਮ ਹੈ ਇਹਦਾ ਸਾਕੀ ਉਹ ਕੌਣ ਸਾਕੀ ਕੌਣ ਹੈ ਇਹ ਵਰਿੰਦਰ ਸਹਿਵਾਗ ਨੂੰ ਜਾਣਦਾ ਹੋਣਾ ਸ਼ਾਇਦ ਅਸੀਂ ਤਾਂ ਨਹੀਂ ਜਾਣਦੇ ਪਤਾ ਨਹੀਂ ਕੌਣ ਹੈ ਆਈ ਡੋਂਟ ਨੋ ਤੁਸੀਂ ਜਾਣਦੇ ਹੋ ਦੱਸਿਓ ਜਰਾ ਕਮੈਂਟ ਬਾਕਸ ਹੋਈ ਸਾਕੀ ਦੁਬੇ ਸਾਹਿਬ ਵੀ ਆਊਟ ਹੋ ਗਏ ਜੀ ਚੱਕਾ ਮਾਰ ਕੇ ਆਊਟ ਹੋ ਚਲੋ ਆਪਣਾ ਕੰਮ ਕਰ ਗਏ ਨਾ ਐਸੀ ਗੱਲ ਨਹੀਂ ਹੈ ਆਪਣਾ ਕੰਮ ਕਰ ਗਏ ਨਾ
ਬਾਈ ਤੇਰੀ ਬਾਲਾ ਚੌਥੀ ਮਾਰ ਗਏ ਨੇ, ਬਹੁਤ ਵਧੀਆ। ਬਾਕੀ ਨੂੰ ਮੌਕਾ ਦੇਣਾ ਭਾਈ, ਉਹ ਜਿਹੜੇ ਜਾ ਕੇ ਕਰਨ ਆਇਆ ਵਰਲਡ ਕੱਪ 'ਤੇ, ਉਹਨੇ ਕੀਤਾ ਗਿਆ ਦੋ ਕੈਚ, ਉਹਦੇ ਮੈਨੂੰ ਭੇਜਦੇ ਮੈਂ ਵੀ ਕਰ ਦੇਣਾ ਤੁਹਾਨੂੰ। ਗੁੱਡ ਦੁਬੇ ਸਾਹਿਬ, ਤਿੰਨ ਛੱਕੇ ਮਾਰੇ ਗਏ ਜਨਾਬ, ਗੁੱਡ ਹੈ ਗੁੱਡ ਹੈ। ਇਹ ਪਟੇਲ ਸਾਹਿਬ ਆਏ ਨੇ, ਇਹ ਆਦਿ ਬੰਗਲਾਦੇਸ਼ ਲਿਆ ਦੇ ਨੇ ਜੀ, ਸਾਨੂੰ ਗੁਜਰਾਤੀ ਭੇਜੋ ਜੀ, ਸਾਨੂੰ ਉਹ ਮਾਰ ਦਿੰਦਾ ਬੜਾ ਅੱਛਾ ਲੱਗਦਾ, ਬੜੇ ਮਿੱਠੇ ਮਿੱਠੇ ਤਰੀਕੇ ਨਾਲ ਮਾਰ ਦਿੰਦਾ। ਤੁਹਾਨੂੰ ਛਿੱਤਰ ਦੇ ਪੈਣੇ ਨੇ ਹੁਣ ਬੰਗਲਾਦੇਸ਼ ਨੂੰ, ਹੁਣ ਅਕਸਰ ਸਾਹਿਬ ਮਾਰਨ ਜਾਂ ਕੀ ਨਾਮ ਉਹਦਾ ਆਪਣਾ ਤਲਵਾਰਲਾ ਜਡੇਜਾ ਜੀ, ਉਹਦਾ ਤਾਂ ਢਾਈ ਵਾਰ ਆਪ ਕੀ, ਇਹਨਾਂ ਨੇ ਨਾ ਇੰਡੀਆ ਵਾਲਿਆਂ ਨੇ ਆਪ ਕੀ ਪਤਲੂਨ ਗਿੱਲੀ ਕਰ ਦੇਣੀ ਹੈ ਆਜ, ਕਿਉਂਕਿ ਪੁੱਛੇਗਾ ਕਿਸ ਕਿਸਾ ਮੈਚ ਤਾ ਹੈ ਨਾ ਬੰਗਲਾਦੇਸ਼, ਵੋ ਕੌਣ ਵੋ ਕੌਣ। ਲਾਸਟ ਬਾਲ 'ਤੇ ਮਾਰਤਾ ਚੁੱਕਾ ਜੀ, ਛੱਕਾ ਚੁੱਕਾ ਮੰਗਿਆ ਸੀ ਰੱਬ ਕੋਲੋਂ, ਅਤੇ ਛੱਕਾ ਨਹੀਂ ਦਿੱਤਾ, ਕੋਈ ਗੱਲ ਨਹੀਂ, ਚੁੱਕਾ ਤਾਂ ਦਿੱਤਾ, ਉਹਦੀ ਹਾਫ ਸੈਂਚਰੀ ਪੂਰੀ ਹੋਈ ਜੀ। ਮੁਬਾਰਕਾਂ ਸਾਰਿਆਂ ਨੂੰ, ਸਾਰੇ ਮੁੰਬਈ ਵਾਲਿਆਂ ਨੂੰ ਬਾਈ, ਪਾਂਡਿਆਂ ਨੂੰ ਸਪੋਰਟ ਕਰਿਆ ਕਰੋ, ਓਕੇ ਜੀ। 196/5 ਜੀ, ਬਹੁਤ ਵਧੀਆ ਬਹੁਤ ਵਧੀਆ। ਉਸ ਟੀਮ ਨੂੰ 50 ਰਨ ਤੋਂ ਹਰਾਉਂਦੀ ਹੈ, 60 ਰਨ ਤੋਂ ਹਰਾਉਂਦੀ ਹੈ, 70 ਰਨ ਤੋਂ ਹਰਾਉਂਦੀ ਹੈ, ਠੀਕ ਹੈ। ਇਸ ਟਾਈਮ ਹਾਫ ਹੋਇਆ, ਸਹੀ ਸਹੀ ਕਮੈਂਟ ਕਰਕੇ ਦੱਸਿਓ, ਇਸ ਟਾਈਮ ਤੁਸੀਂ ਕੀ ਸੋਚਿਆ ਸੀ ਇੰਡੀਆ ਕਿੰਨੇ ਸਕੋਰ ਜਿੱਤੇਗਾ? ਮੈਂ ਤਾਂ ਕਹਿੰਦਾ ਇਹ ਅਰਾਊਂਡ 35-40 ਰਨ ਤੋਂ ਇੰਡੀਆ ਜਿੱਤੇਗੀ ਅੱਜ, ਤੁਸੀਂ ਦੱਸੋ, ਠੀਕ ਹੈ ਜੀ। ਚਲੋ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਬ੍ਰੇਕ ਦੇ ਬਾਅਦ, ਬੱਚੇ ਸੁੱਤੇ ਦੇਣ, ਕੋਸ਼ਿਸ਼ ਕਰੀ ਇਹਨਾਂ ਉਠਾਉਣ ਦੀ, ਕਿਉਂ ਇੰਨਾ ਇਹ ਉੱਠਾਂਗੇ ਆਉਂਗੇ ਤਾਂ ਕੋਈ ਮਾਹੌਲ ਬਣਦਾ ਨਾ ਵਧੀਆ ਮੈਚ ਦੇਖਣ ਦਾ, ਜੇ ਆਪਾਂ ਸਟੇਡੀਅਮ ਬੈਠੇ ਹੁੰਦੇ ਸ਼ੋਰ ਸ਼ਰਾਬ ਪੈਂਦਾ ਰਹੇ ਤਾਂ ਮਜ਼ਾ ਆਉਂਦਾ, ਉਹੀ ਹਿਸਾਬ ਹੈ। ਇਕੱਲਾ ਮੈਂ ਕਿੰਨਾ ਕਿਤਨੀ ਹੀ ਬਕ ਬਕ ਕਰੂੰ ਅਕੇਲਾ, ਉਨਕੋ ਉਠਾਤੇ ਹਾਂ, ਉੱਠ ਗਏ ਤੋਂ, ਨਹੀਂ ਤਾਂ ਉੱਠਣੇ ਕਾ ਟਾਈਮ ਹੋਗਾ 10:30 ਹੋਤਾ, 10:10 ਹੋ ਗਏ ਹਾਂ, ਅਸੀਂ ਉੱਠ ਜਾਏਂਗੇ ਇਤਨੀ ਦੇਰ। ਮਿਲਤੇ ਹੈ ਜੀ ਆਪਕੋ ਅਬ ਬੂਮਰਾ ਔਰ ਅਰਸ਼ਦੀਪ ਕੇ ਸਾਥ, ਸੀ ਯੂ। ਦੇਖੋ ਜੀ, ਹਮ ਵੀ ਰੇਡੀ ਹੈ ਤੋ ਹਮਾਰੀ ਬੇਟੀ ਵੀ ਉੱਠ ਗਈ ਹੈ, ਇੱਕ ਦਰਸ਼ਕ ਆ ਗਿਆ ਹਮਾਰਾ ਸਟੇਡੀਅਮ ਮੇ, ਹਮ ਦੂਸਰੇ ਕਾ ਵੇਟ ਕਰ ਰਹੇ ਹੈਂ। ਤੋ ਆਜ ਤਾਬੂ ਇੰਡੀਆ ਔਰ ਦੂਸਰੀ ਟੀਮ ਹੈ ਯੇ ਬੰਗਲਾਦੇਸ਼, ਕੌਣ ਜਿੱਤੇਗਾ ਬਤਾਏ ਬਤਾਏ ਨਾ, ਹੈਂ ਉਹ ਯੇ ਤਾਂ ਬਤਾ ਦੇ ਕੌਣ ਜਿੱਤੇਗਾ। ਅੱਛਾ ਇੰਡੀਆ ਨਹੀਂ ਜਿੱਤੇਗੀ, ਤੇ ਇੰਡੀਆ ਤੇ ਫਿਰ ਉੱਚਾ ਬੋਲਦੇ ਨਾ ਯਾਰ, ਤੂੰ ਡਰਦੇ ਕਿਉਂ ਆਪ ਡਰਦੇ ਕਿਉਂ ਹੈਂ ਮੇਰਾ ਬੱਚਾ, ਇਹ ਸ਼ਰਮਾਉਂਦੀ ਹੈ ਜੀ ਬੜੀ, ਪਤਾ ਨਹੀਂ ਅੱਜ ਹੀ ਸ਼ਰਮਾਈਏ। ਚਲੋ ਜੀ, ਉੱਥੇ ਉਹ ਟੀਮ ਤੋਂ ਜਾ ਰਹੀ, ਆਪਾਂ ਵੀ ਰੈਡੀ ਹੋ ਗਏ ਹਾਂ, ਅਤੇ ਨਾਲ ਨਾਲ ਵਿਕਟ ਲੈਂਦੇ ਅਸੀਂ, 10 ਵਿਕਟ ਜੇ ਸਾਨੂੰ ਜਾਣੀ ਚਾਹੀਦੀਆਂ, ਓਕੇ ਤਾਬੂ, ਵੀ ਓਨਲੀ ਟੇਕ 10 ਵਿਕਟ, ਵੀ ਡੋਂਟ ਨੀਡ ਐਨੀ ਮੋਰ, ਓਕੇ ਓਕੇ। ਤਾਬੂ ਇਹ ਕਿਆ ਹੋ ਰਿਹਾ ਹੈ, 27 ਸਕੋਰ ਹੋ ਗਿਆ ਬੰਗਲਾਦੇਸ਼, ਜਲਦੀ ਤੁਸੀਂ ਬੋਲੋ ਵਾਹਿਗੁਰੂ ਨੂੰ ਬੋਲੋ, ਜਲਦੀ ਆਊਟ ਹੋ ਜਾਣ। ਦੇਖੋ ਜੀ ਵਾਹਿਗੁਰੂ ਜੀ ਕਰ ਰਹੀ ਹੈ, ਮੇਰਾ ਪੁੱਤਰ ਕਿੱਛੀ ਕਰਦੇ ਪਾਪੜ, ਚਲੋ ਕਿੱਛੀ ਕਰਦੇ ਫਿਰ, ਮੇਰੀ ਜਾਨ 27 ਹੋ ਗਏ ਜੀ, ਕੋਈ ਗੱਲ ਨਹੀਂ ਚੱਲ ਰਹਾ, ਇਹ ਜਗਦਮ ਆਊਟ ਹੋ ਗਏ, ਪਤਾ ਨਹੀਂ ਚੱਲਣਾ ਲਿਪਟਨ ਦੀ ਚਾਹ ਪੀਓ ਜਾ ਕੇ, ਗਣੀ ਚਾਹ ਪੀਣੀ ਹੈ।
ਲਿਪਟਨ, ਲਿਟਨ ਦਾਸ ਜਾ ਕੇ ਪੀਏਗਾ ਲਿਪਟਨ ਦੀ ਚਾਹ। ਉਹ ਪਾਂਡਿਆ ਜੀ ਲੈ ਗਿਆ ਵਿਕਟ ਜੀ, ਪਾਂਡਿਆ ਜੀ, ਪਾਂਡਿਆ ਜੀ ਆਈ ਲਵ ਯੂ। ਉਹ ਸਾਰੇ ਮੁੰਬਈ ਦੇ ਉਹ ਕਰਿਓ ਮੈਸੇਜ ਪਾਂਡੇ ਜੀ ਨੂੰ ਲਵ ਯੂ ਬੋਲ ਕੇ। ਦੇਖੋ ਜੀ ਸਾਡਾ ਇੱਕ ਪਲੇਅਰ ਹੋਰ ਆ ਗਿਆ ਰੈਂਚ, ਵੈਲਕਮ ਤੇ ਜਬਰਦਸਤੀ ਉਠਾਇਆ ਜੀ। ਮੈਂ ਕਿਹਾ 11 o'clock ਉੱਠ ਭਾਈ, ਇੰਡੀਆ ਨੂੰ ਸਪੋਰਟ ਕਰੋ, ਬੱਚੇ ਨਾਲ ਹੁੰਦੇ ਤਾਂ ਇੰਡੀਆ ਜਿੱਦਾ। ਠੀਕ ਜੀ 43/1 ਹੈ, ਮੇਰੀ ਬੇਬੀ ਵੀ ਆ ਗਈ ਹੈ, ਇੱਧਰ ਆਓ ਇੱਕ ਥੰਬਨੇਲ ਦੇ ਕਰਕੇ ਫੋਟੋ ਲੈ ਲਈ, ਆਜੋ 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 ਆਜੋ, ਉਹ ਵੀ ਜ਼ਰੂਰੀ ਹੈ ਜੀ। ਲਓ ਜੀ ਹੋ ਗਿਆ ਜੀ ਆਊਟ, ਹੁਣ ਸਾਰਾ ਕੰਮ ਕੀਤਾ, ਹੁਣ ਸਪਿਨਰਾਂ ਦਾ ਹੀ ਆ, ਫਾਸਟਰਾਂ ਨੇ ਭਾਈ ਪਹਿਲੇ ਮੈਚਾਂ ਕਰ ਲਿਆ ਤਾ, ਹੈ ਨਹੀਂ ਤਾਬੂ ਆਊਟ ਹੋ ਗਿਆ ਜੀ ਆਊਟ। ਪੁੱਤਰ ਇੱਕ ਮਿੰਟ, ਮੇਰਾ ਪੁੱਤਰ ਵੱਡਾ ਦੇਖੋ ਰੈਂਚ ਬੜਾ ਦੇਰ ਤਾਂ ਹੋ ਗਿਆ ਜੀ, ਦੂਆ ਪਲੇਅਰ ਆਊਟ, ਹੁਣ ਕਿ ਹੁਣ ਕੌਣ ਜਿੱਤੇਗਾ? ਇਹ ਮਹਾਰਾਜ 170 ਹੀ ਪੁੱਜਾ ਨਾ, ਲਾਸਟ 10 ਹੀ ਚਾਹੀਦਾ ਹੋਏਗਾ ਨਾ, ਤਾਂ ਵੀ ਨਹੀਂ ਜਿੱਤੇਗਾ, ਕੋਈ ਟੈਨਸ਼ਨ ਨਹੀਂ। Why did you laugh like that? Because I always laugh, my John. But why did you laugh like that? I don't know. Did you are mommy? I'm not mommy, I'm your papa. ਦੇਖੋ ਜੀ ਸਾਡੀ ਪੂਰੀ ਟੀਮ ਹੋ ਗਈ ਦੁਬਾਰਾ ਇਕੱਠੀ, ਹੁਣ ਇੰਜੋਏ ਕਰਾਂਗੇ, ਇੰਡੀਆ ਨੂੰ ਨਾਲ ਹੋ ਕੇ ਜਿਤਾਂਗੇ। ਲਾਸਟ ਟਾਈਮ ਨਾ ਮੈਂ ਵਲੌਗ ਬਣਾਉਣਾ ਸੀ, ਮੈਨੇ ਨਾ ਵਲੌਗ ਬਣਾਉਣਾ ਤਾਂ ਇੰਡੀਆ ਔਰ ਉਸਕਾ ਕਿਸਕਾ ਕੈਨੇਡਾ ਕੇ ਮੈਚ ਕਾ, ਸਾਰੇ ਬੋਲ ਰਹੇ ਥੇ ਦੇਖਤੇ ਆਪ ਕਿਸਕੋ ਸਪੋਰਟ ਕਰਦੇ ਹੋ, ਮੈਸੇਜ ਆਏ ਥੇ। ਦੇਖੋ ਭਾਈ ਸਪੋਰਟ ਤਾਂ ਹਮਨੇ ਕਰਨਾ ਹੈ ਇੰਡੀਆ ਕੋ, ਕਿਉਂਕਿ ਬਾਬੂ ਭਈਆ ਚੱਕਰ ਸਾਰਾ ਇਹ ਹੈ ਕਿ ਬਾਬੂ ਭਈਆ ਏਕ ਆ ਸਾੜ ਕਾ ਚੱਕਰ ਹੈ ਨਾ, ਹਮ ਇਸ ਲਈ ਇਸੀ ਚੱਕਰ ਮੈਂ ਜਾਂ ਬੈਠੇ ਹਾਂ, ਜਿਸ ਦਿਨ ਏਕ ਔਰ ਸਾੜ ਕਾ ਬਾਬੂ ਭਈਆ ਚੱਕਰ ਖਤਮ ਹੋ ਗਿਆ ਤੋ ਹਮ ਵਾਪਸ ਬੱਚੋ ਕੋ ਪਤਾ ਨਹੀਂ। ਡੂ ਯੂ ਨੋ ਬੱਚੀ ਵੱਡੀ ਏਕ ਆ ਸਾਠ ਬੱਚੇ ਯਹਾਂ ਕਾ ਇੱਕ ਗੱਲ, ਇੰਡੀਆ ਜਾ ਕੇ 60 rupees ਬਣ ਜਾਤਾ ਹੈ ਨਾ, ਇਸ ਲਈ ਸਾਰੇ ਇੰਡੀਅਨ ਯਹਾਂ ਬੈਠੇ ਹੋਏ ਹੈ, ਨਹੀਂ ਤੋ ਕੈਨੇਡਾ ਮੈਂ ਕੋਈ ਨਾ ਦਿਖੇ। ਸਪੋਰਟ ਆਲਵੇਜ਼ ਇੰਡੀਆ ਜੀ, ਡਜ਼ਨਟ ਮੈਟਰ ਆਪਾਂ ਕਿੱਥੇ ਹਾਂ। ਹਾਂਜੀ ਦੇਖੋ ਜੀ ਦਾਦਾ ਦਾਦੀ ਵੇਟ ਕਰ ਰਹੀ ਹੈ, ਤੂੰ ਆਏਂਗੇ ਨਾ, ਆ ਰਹੇ ਹੈ, ਤੂੰ ਵੇਟ ਕਰੋ ਨਾ, ਪਹਿਲੇ ਮੈਚ ਦੇਖ ਲੈਂਦੇ ਹੈ, ਫਿਰ ਉਹਨੂੰ ਕਾਲ ਕਰਦੇ ਹਾਂ ਬੀਬੀ ਆ ਜਾਓ। ਓਕੇ 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 ਆ ਗਿਆ ਜੀ ਜਡੇਜਾ ਜੀ ਆ ਗਏ ਨਾ। ਦੇਖੋ ਜੀ ਜਿਹੜਾ ਸਾਹਿਬ ਨੇ ਵਰਲਡ ਕੱਪ ਹਜੇ ਤਾਂ ਕੱਖ ਨਹੀਂ ਕੀਤਾ, ਤਾਂ ਵੀ ਪੂਰੀ ਸਾਰੇ ਮੈਚ ਖੇਲ ਗਿਆ, ਤੋ ਦੇਖਦੇ ਹਾਂ ਵੀਏ ਕਿਆ ਕਰਦੇ ਹਾਂ। ਚਾਹੀਏ ਇਨਕੋ 59/129 ਜੇ ਚੌਕਾ ਪੈ ਗਿਆ ਯਾਰ, ਕਿ ਤੈਨੂੰ ਕੀ ਲੱਗਦਾ ਬੰਗਲਾਦੇਸ਼ ਮੈਚ ਜਿੱਤੇਗਾ? ਕੌਣ ਬੰਗਲਾਦੇਸ਼? ਆਹ ਦੇਖੋ ਜੀ ਮੁੰਡੇ ਵੀ ਅੱਜ ਸਾਰਿਆਂ ਨੂੰ ਨਿੱਕੀ ਨਿੱਕੀ ਚੁੰਚੀਆਂ ਲਾ ਰਹੇ ਨੇ, ਕੌਣ ਬੰਗਲਾਦੇਸ਼ ਪਤਾ ਨਹੀਂ ਭਰਾਓ ਤੁਹਾਡਾ, ਉਹ ਕੌਣ ਸਾਕੀ ਬਸਲ 'ਤੇ ਆਇਆ ਨਹੀਂ ਅਜੇ, ਉਹ ਸੋਚਦਾ ਹੋਣਾ ਪਿਆ ਮੈਂ ਨਾ ਹੀ ਜਾਵਾਂ, ਆਹ ਮੇਰੀ ਬੇਇੱਜ਼ਤੀ ਹੋ ਜਾਏਗੀ ਅਤੇ ਸਹਿਵਾਗ ਜੀ ਦੁਬਾਰਾ ਉੱਡ ਜਾਵਾਂਗੇ, ਕਿਤੇ ਕਿਤੇ ਹੋਰ ਕੋਈ ਪੜ ਦੇਂਗੇ, ਅਸੀਂ ਸਹਿਵਾਗ ਵੀ ਵੇਟ ਕਰਦਾ ਹੋਣਾ, ਕਹਿੰਦਾ ਭਰਾਓ ਅੱਜ ਤਾਂ ਮੈਚ ਖਤਮ ਹੋਏ ਅਤੇ ਮੈਂ ਕੋਈ ਬੋਲਾਂ, ਕਿਤੇ ਪਰ ਕੇ ਇਹ ਕੌਣ ਬੰਗਲਾਦੇਸ਼ ਕੌਣ ਸਾਕੀ ਲਸਨ। ਇੱਕ ਹੋਰ ਕੁਲਦੀਪ ਜੀ ਲਾ ਗਏ ਜੀ ਵਿਕਟ, ਉਹ ਚਲਾ ਗਿਆ ਜੀ ਯਾਰ, ਇਹ ਗਲਤ ਗੱਲ ਹੈ, ਸਾਡਾ ਭੰਗੜਾ ਆਈ ਆ ਤੁਸੀਂ ਪੇਸ਼ ਕਰ ਦੇਣਾ, ਚਲਾ ਗਿਆ ਥਰਡ ਨੰਬਰ ਕੋਲ, ਹੋ ਗਿਆ ਜੀ ਹੋ ਗਿਆ, ਇਹ ਐਵੇਂ ਟਾਈਮ ਵੇਸਟ ਕਰਦੇ ਨੇ, ਜਲਦੀ ਜਲਦੀ ਆਊਟ ਹੋ ਘਰ ਜਾਓ, ਫਟਾਫਟ ਥਰਡ ਨੰਬਰ ਕੋਲ ਜਾਂਦੇ ਨੇ, ਸ਼ਦਾਈਏ ਕਹਿ ਰਿਹਾ ਜੀ ਇਹਨੂੰ ਕੋਈ ਪੁੱਛੇ
ਤੁਸੀਂ ਕਿਹੜਾ ਜਿੱਦਣਾ ਐਵੇਂ ਟਾਈਮ ਵੇਸਟ ਕਰੀ ਜਾਂਦੇ ਹੋ, ਜਲਦੀ ਜਾਓ, ਇੰਡੀਆ ਨੇ ਜਾ ਕੇ ਪ੍ਰੈਕਟਿਸ ਕਰਨੀ ਅੱਗੇ, ਅਗਲਾ ਆਸਟ੍ਰੇਲੀਆ ਮੈਚ ਹੈ ਅੱਜ, ਇੰਡੀਆ ਮੈਚ ਜਿੱਤੇਗਾ ਜੀ ਸੈਮੀਫਾਈਨਲ ਦੀ ਸੀਟ ਪੱਕੀ, ਅਤੇ ਤਿੰਨੋਂ ਮੈਚ ਜਿੱਤੇਗਾ, ਅਗਰ ਅਗਰ ਲਾਸਟ ਮੈਚ ਅਤੇ ਸੈਮੀਫਾਈਨਲ ਬਾਰਿਸ਼ ਹੋ ਗਈ ਇੰਡੀਆ ਸਿੱਧਾ ਫਾਈਨਲ ਹੈ ਨੀ, ਤਾਂ ਹੀ ਅਸੀਂ ਬਲਾਗ ਬਣਾ ਰਹੇ ਹਾਂ ਜੀ, ਇੰਡੀਆ ਨੂੰ ਨਾਲ ਜਿਤਾਉਣਾ ਅੱਜ ਦਾ ਮੈਚ, ਆਸਟ੍ਰੇਲੀਆ ਆਸਟ੍ਰੇਲੀਆ ਦੀ ਇੰਡੀਆ ਨੇ ਇਸ ਵਾਰੀ ਮੱਤ ਮਾਰ ਦੇਣੀ, ਦੇਖਿਆ ਤਾਂ ਰੋਹਿਤ ਸ਼ਰਮਾ ਪੂਰੇ ਵਰਲਡ ਕੱਪ ਨੇ ਚੱਲਿਆ, ਉਹ ਮੈਨੂੰ ਪੂਰੇ ਸਕੋਰ ਆਪਣੇ ਉਹਨੇ ਬਚਾ ਕੇ ਰੱਖਿਆ, ਆਸਟ੍ਰੇਲੀਆ ਕਰ ਗਈ ਆ। ਆਪ ਜੀ ਆਏ ਆ ਰਿਆਂ, ਪਤਾ ਕੌਣ ਆਇਆ ਜੀ, ਪਤਾ ਨੀ ਇਹਦਾ ਪਤਾ ਨੀ ਨਾਮ ਆ ਜੀ, ਉਹ ਕੌਣ ਪੁੱਤਰਾ, ਅੱਜ ਤੈਨੂੰ ਜਲਦੀ ਜਲਦੀ ਆਊਟ ਕਰੀਏ ਨਾ, ਮਜ਼ਾ ਆ ਜਾਏ ਕਸਮ ਨਾਲ, ਇਹ ਕੁਲਦੀਪ ਜੀ ਲੈ ਜਾਓ ਇਹਦੀ ਵਿਕਟ, ਇਹਦੀ ਕਿੱਲੀ ਉਡਾ ਦਿਓ, ਇਹ ਐਸੋਸੀਏਸ਼ਨ ਤੇ ਆਇਆ ਇਹਨੂੰ ਕਿਹਨੂੰ ਪਤਾ ਪਿਆ, ਮੇਰੇ ਕੋਲ ਸਕੋਰ ਬਜਣਾ ਨਹੀਂ ਹੈ, ਮੈਂ ਕੋਸ਼ਿਸ਼ ਵੀ ਕਰਾਂਗਾ ਆਊਟ ਹੀ ਹੋਵਾਂਗਾ, ਕਹਿ ਦੇਗਾ ਭਾਈ ਮੈਂ ਤਾਂ ਕੋਸ਼ਿਸ਼ ਕੀਤੀ, ਨਹੀਂ ਤਾਂ ਅਗਰ ਤੁਸੀਂ ਆਪਣਾ ਪਲੇਅਰ ਟੀਮ ਦਾ ਤੋਂ ਵੱਡਾ ਪਲੇਅਰ ਮੰਨਦੇ ਹੋ ਉਹਨੂੰ ਭੇਜਣਾ ਪਹਿਲੇ, ਆਉਂਦਾ ਨਾ ਕੋਹਲੀ ਸਟਾਰਟਿੰਗ, ਰੋਹਿਤ ਸ਼ਰਮਾ ਆਉਂਦਾ ਨਹੀਂ ਸਟਾਰਟਿੰਗ ਵਿੱਚ, ਵੈਸੇ ਇੱਕ ਬਾਤ ਹੈ ਰਿਆਂਸ਼, ਇਹ ਜੋ ਬੰਗਲਾਦੇਸ਼ ਕੀ ਟੀਮ ਹੈ ਨਾ, ਟੀਮ ਭਾਈ ਕੰਟਰੀ ਨਹੀਂ, ਤੋ ਇੱਕ ਹੋਤਾ ਐਗਰੈਸ਼ਨ, ਫੀਲਡ ਮੇਂ ਐਗਰੈਸ਼ਨ ਦਿਖਾਤੇ ਹੈ ਯੇ ਬੰਗਲਾਦੇਸ਼ ਵਾਲੇ ਨਾ, ਪਤਾ ਐਗਰੈਸ਼ਨ ਤੋਂ ਦਿਖਾਤੇ ਹੈ ਯਾਰ, ਇੱਕ ਗੱਲ ਹੈ, ਸਭ ਤੋਂ ਬਦਤਮੀਜ਼ ਟੀਮ ਹੈ ਨਾ ਬੱਚੇ, ਉਹ ਬੰਗਲਾਦੇਸ਼ ਦੀ ਹੈ, ਸਭ ਤੋਂ ਬਦਤਮੀਜ਼ ਟੀਮ, ਹਰ ਟੀਮ ਨਾਲ ਫੱਟਾ ਪਾਇਆ ਨੇ, ਇੱਕ ਹੋਤਾ ਬੱਚੇ ਐਗਰੈਸ਼ਨ ਹੋਤਾ ਨਾ, ਕਿਸੇ ਖਿਲਾਫ਼ ਦਿਖਾਤੇ ਹੋ, ਬੋਲਿੰਗ ਕਰਾ ਰਹੇ ਹੋ, ਬੈਟਿੰਗ ਕਰਦੇ ਹੋ, ਐਗਰੈਸ਼ਨ ਦਿਖਾ ਰਹੇ ਹੋ, ਐਗਰੈਸ਼ਨ ਮਹਾਰਾਜ, ਟੀਮ ਦੱਸ ਰਿਹਾ ਮੈਂ, ਕੰਟਰੀ ਨਹੀਂ, ਐਗਰੈਸ਼ਨ ਅਤੇ ਬਦਤਮੀਜ਼ੀ ਦੇ ਨਾ ਇੱਕ ਲਾਈਨ ਹੁੰਦੀ ਹੈ, ਇਹ ਇਹਨਾਂ ਨੂੰ ਉਹ ਲਾਈਨ ਪਤਾ ਨਹੀਂ ਹੈ, ਬੰਗਲਾਦੇਸ਼ ਟੀਮ ਨੂੰ ਜੀ ਆਊਟ ਹੋ ਗਿਆ ਜੀ, ਕਿਹੜਾ ਆਊਟ ਹੋਇਆ ਰਿਆਜ, ਉਹ ਕੌਣ ਆਊਟ ਹੋਇਆ, ਮਜ਼ਾ ਆ ਗਿਆ ਜੀ, ਛੱਕਾ ਮਾਰਿਆ ਸੀ ਨੇ, ਲੇਕਿਨ ਇਸ ਬਦਤਮੀਜ਼ ਪਲੇਅਰ ਨੂੰ ਆਊਟ ਕਰਨਾ ਬਹੁਤ ਜ਼ਰੂਰੀ ਸੀ, ਇਸ ਇਹ ਬਦਤਮੀਜ਼ ਦਾ ਸਰਦਾਰ ਆ ਜੀ, ਇਹ ਬਦਤਮੀਜ਼ ਦਾ ਲੀਡਰ ਹੈ, ਇਹ ਸੱਕ ਵੀ ਲਸਨ ਸਭ ਬਦਤਮੀਜ਼ ਪਲੇਅਰ, ਗੁੱਡ ਗੁੱਡ, ਇੰਡੀਆ ਚਲੋ ਮੈਚ ਜਿੱਤਦਾ ਹੀ ਹੈ, 39 ਬਾਲਾ ਹੋਈ 99 ਬਾਈ ਦਾ, ਲੇਕਿਨ ਇਸ ਬਦਤਮੀਜ਼ ਕੋ ਆਊਟ ਕਰਨਾ ਬਹੁਤ ਜ਼ਰੂਰੀ ਸੀ, ਲਓ ਜੀ ਲੈ ਗਿਆ ਆਪਣਾ ਵਿਕਟ ਰਿਆਂਸ਼, ਕਿਹਨੇ ਲਈ ਵਿਕਟ, ਅਰਸ਼ਦੀਪ, ਦੇਖੋ ਜੀ ਪਿਛਲੇ ਓਵਰ ਦੇ ਲਈ ਜੀ ਬੁਮਰਾਹ ਨੇ ਵਿਕਟ, ਇਸ ਓਵਰ ਦੇ ਲਈ ਕਿਹਨੇ ਰਿਆਂਸ਼, ਅਰਸ਼ਦੀਪ ਸਿੰਘ ਨੇ, ਚਲੋ ਜੀ ਬੰਗਲਾਦੇਸ਼ ਦਾ ਹੋ ਗਿਆ ਜੀ ਕੰਮ ਤਮਾਮ, 110 ਤੇ 6 ਹੋ ਗਏ, ਮੈਂ ਤੁਹਾਨੂੰ ਆ ਗਿਆ ਸੀ ਇੰਡੀਆ 35 ਚੱਲ ਰਿਹਾ ਤੂੰ ਜਿੱਤੇਗਾ, ਅਤੇ ਮੈਨੂੰ ਲੱਗਦਾ ਇਹ 67 ਤੂੰ ਜਿੱਤੇਗਾ, ਆ ਜੀ ਬਦਤਮੀਜ਼ ਟੀਮ ਬਾਹਰ ਹੋ ਜਾਏਗੀ ਜੀ, ਜੋ ਇੰਡੀਆ ਸੈਮੀਫਾਈਨਲ ਕੁਆਲੀਫਾਈ ਹੋ ਜਾਏਗਾ, 7-8 ਹੋ ਗਏ ਜੀ ਰਿਆਂਸ਼, ਹੁਣ 7 ਬਾਲਸ ਕਿੰਨਾ ਮਾਰਨਾ, 59, ਵਟ ਯੂ ਥਿੰਕ ਦੇ ਵਿਲ ਮੇਕ ਇਟ, ਓ ਯਾਰ ਬੁਮਰਾਹ ਚੌਕਾ ਮਾਰਤਾ, ਪਹਿਲਾ ਚੌਕਾ ਪਿਆ ਜੀ, ਦੇਖੋ ਜੀ ਇਹਨਾਂ ਨੇ ਮਾਰਨਾ ਹੁਣ ਅਗਲੇ 6 ਛੱਕੇ ਮਾਰਾਂਗੇ 36, ਚਲੋ ਮਾਰ ਲਓ ਯਾਰ ਬਿਗਾੜ ਦਿਓ, ਬਦਤਮੀਜ਼ੋ ਮਾਰ ਲਓ ਕੋਈ ਗੱਲ ਨਹੀਂ, ਕੋਈ ਟੈਨਸ਼ਨ ਨਹੀਂ, ਹੈ ਰਿਆਂਸ਼, ਅਗਰ ਇਹ ਬਦਤਮੀਜ਼ 6 ਛੱਕੇ ਵੀ ਮਾਰ ਜਾਏਗਾ ਤਾਂ ਕਿਆ ਹੋ ਜਾਏਗਾ, ਕੁਛ ਨਹੀਂ ਹੋਗਾ, ਆਜ ਫਿਰ ਰਿਆਂਸ਼ ਇਸ ਬਦਤਮੀਜ਼ ਟੀਮ ਕੇ ਸਾਥ ਕਿਆ ਹੋਗਾ, ਮੋਏ ਮੋਏ ਹੋ ਗਈ, ਮੋਏ ਮੋਏ, ਲਓ ਜੀ ਇੰਡੀਆ ਜਿੱਤ ਗਿਆ ਜੀ, ਮੁਬਾਰਕਾਂ ਜੀ, ਮੁਬਾਰਕਾਂ ਮੁਬਾਰਕਾਂ ਸੇਠ ਸਾਹਿਬ, ਮੁਬਾਰਕਾਂ ਜੀ ਮੁਬਾਰਕਾਂ, ਮੇਰਾ ਮਜ਼ਾ ਢੁੱਲ ਜਾ ਰਿਹਾ, ਅਸੀਂ ਕਰੋ ਟਾਪੂ।
ਗੁੱਡ ਓ ਜੀ ਅੱਜ ਜਿੱਤ ਗਿਆ ਜੀ ਇੰਡੀਆ ਆਈ ਡੋਂਟ ਨੋ ਕੌਣ ਇਹ ਬਦਤਮੀਜ਼ ਟੀਮ ਸੀ ਜਿੱਤ ਗਏ ਹਮ ਜੀ ਮਜ਼ਾ ਆ ਗਿਆ ਜੀ ਮਜ਼ਾ ਆ ਗਿਆ ਇੰਡੀਆ ਜੀ ਸੈਮੀਫਾਈਨਲ ਆਲਮੋਸਟ ਪੁੱਜ ਗਿਆ ਸਮਝ ਲਓ ਹੁਣ ਇੰਡੀਆ ਸੈਮੀਫਾਈਨਲ ਮੈਚ ਦੇਖੋ ਹੁਣ ਸੀ ਦੋ ਮੈਚ ਜਿੱਤਣੇ ਲਾਸਟ ਵਾਰ ਜੀ ਹਾਂ ਅਸੀਂ ਇੱਕ ਹਾਰ ਗਏ ਸਾਂ ਹੁਣ ਰਿਆਸ਼ ਹੁਣ ਸਿਰਫ ਸੈਮੀਫਾਈਨਲ ਫਾਈਨਲ ਜਿੱਤਣਾ ਹੈ ਕੱਪ ਇੰਡੀਆ ਦਾ ਕਿਹਦਾ ਕੱਪ ਇੰਡੀਆ ਦਾ ਦੇਖੋ ਜੀ ਬੜਾ ਮਜ਼ਾ ਆਇਆ ਜੀ ਖਾਸ ਕਰ ਇਸ ਟੀਮ ਨੂੰ ਹਰਾਉਣ ਦਾ ਅਲੱਗ ਹੀ ਮਜ਼ਾ ਹੈ ਕਿਉਂ ਹੁੰਦਾ ਨਾ ਕਿਸੇ ਨੂੰ ਬਦਤਮੀਜ਼ ਨੂੰ ਥੱਪੜ ਮਾਰਿਆ ਜਾਏ ਨਾ ਅਲੱਗ ਹੀ ਮਜ਼ਾ ਆਉਂਦਾ ਹੈ ਇਹ ਜੀ 50 ਰਨ ਦਾ ਥੱਪੜ ਸੀ ਅੱਜ ਬੰਗਲਾਦੇਸ਼ੀ ਟੀਮ ਨੂੰ ਕਿੱਥੇ ਥੱਪੜ ਪਿਆ ਰਿਆਸ਼ ਇੱਥੇ ਕਿ ਪਿੱਛੇ ਇਹ ਮੁੰਡਿਆਂ ਦੇ ਇਹਨੂੰ ਪਿੱਛੇ ਠੋਕੋ ਇਹਨੂੰ ਪਿੱਛੇ ਠੋਕੋ ਇਸ ਟੀਮ ਨੂੰ ਅਤੇ ਇਹਨੂੰ ਥੱਪੜ ਮਾਰ ਕੇ ਜਹਾਜ਼ ਬਣਾਓ ਬਹੁਤ ਮਜ਼ਾ ਆਇਆ ਜੀ ਅੱਜ ਤੋਂ ਪਲੱਸ ਪੁਆਇੰਟ ਕਿਹਾ ਥਾ ਅੱਜ ਵਿਰਾਟ ਕੋਹਲੀ ਵੀ ਚਲਾ ਪਾਂਡੇ ਜੀ ਵੀ ਚਲੇ ਔਰ ਮੋਸਟ ਇੰਪੋਰਟੈਂਟ ਆ ਜੀ ਹਮਾਰੇ ਜੋ ਸਪਿਨਰ ਹੈ ਉਹ ਕਿਆ ਨਾਮ ਹੈ ਉਸਕਾ ਉਹ ਆਪਣੇ ਕੁੱਲੂ ਜੀ ਆਪਣੇ ਕੁਲਦੀਪ ਜੀ ਨੇ ਅੱਛੀ ਬੋਲਿੰਗ ਕੀ ਹੈ ਉਹਨਾਂ ਨੇ 3 ਵਿਕਟ ਲਈ ਹੈ ਆਗੇ ਮੈਚ ਕੇ ਲਈ ਬਹੁਤ ਅੱਛਾ ਹੈ ਆਗੇ ਕਿਉਂਕਿ ਵਿਕਟ ਉਹਨਾਂ ਨੇ ਲੈਣੀ ਹੈ ਕਿਉਂਕਿ ਸਪਿਨ ਵਿੱਚ ਹੈ ਠੀਕ ਹੈ ਜੀ ਤਾਬੂ ਸਭ ਨੂੰ ਬਾਏ ਕਰੋ ਬਾਏ ਕਰ ਦੋ ਠੀਕ ਹੈ ਜੀ ਥੈਂਕ ਯੂ ਸਾਰਿਆਂ ਦਾ ਹਾਂਜੀ ਮੇਰਾ ਬੇਟਾ ਕਹਿ ਰਿਹਾ ਜੀ ਜੈਗੀ ਸ਼ਾਰਟਸ 'ਤੇ ਵੀ ਤੁਸੀਂ ਸਬਸਕ੍ਰਾਈਬ ਕਰੋ ਮੇਰਾ ਨਵਾਂ ਚੈਨਲ ਹੈ ਸਿਰਫ ਸ਼ਾਰਟ ਵੀਡੀਓ ਦੇ ਕਰਕੇ ਸ਼ਾਰਟ ਗਾਣਿਆਂ ਦੇ ਕਰਕੇ ਆਪਾਂ ਟਰਾਈ ਕਰ ਰਹੇ ਹਾਂ ਐਕਟ ਕਰਨ ਦਾ ਲੇਕਿਨ ਕੱਟ ਹੁੰਦਾ ਨਹੀਂ ਹੈ ਜਿੱਦਾਂ ਵੀ ਹੁੰਦਾ ਤੁਸੀਂ ਵਾਚ ਕਰ ਲਿਓ ਮੇਰਾ ਬੱਚਾ ਕਹਿੰਦਾ ਪਾਪਾ ਤੁਸੀਂ ਕੀ ਕਰਦੇ ਰਹਿੰਦੇ ਹੋ ਕੋਈ ਕਿੱਧਰ ਵਾਕ ਕਰ ਰਹੇ ਹੋ ਵਾਕ ਰਹੇ ਹੋ ਮੈਂ ਕਿਹਾ ਭਰਾਵਾ ਜਿਤਨਾ ਹਮੇ ਆਤਾ ਹਮ ਉਹੀ ਕਰਾਂਗੇ ਉੱਪਰ ਹਮ ਸਿਰਫ ਗਾਣਾ ਲਗਾ ਦੇਵਾਂਗੇ ਫਿਲਟਰ ਲਗਾ ਕੇ ਇਹੀ ਹੋਤਾ ਮਾਰਾ ਕੰਮ ਮੈਨੂੰ ਮੇਰਾ ਬੱਚਾ ਬੋਲਦਾ ਪਾਪਾ ਸਿੰਗ ਕਰੋ ਕੋਈ ਐਕਟ ਕਰੋ ਮੈਂ ਕਿਹਾ ਐਕਟ ਆਤਾ ਹੋ ਤਾਂ ਹਮ ਕੈਨੇਡਾ ਮੇ ਹੋ ਹੈ ਠੀਕ ਹੈ ਜੀ ਇਹ ਦੇਖੋ ਮੇਰਾ ਬੱਚਾ ਢੋਲ ਵਜਾ ਰਿਹਾ ਮੇਰਾ ਬੱਚਾ ਕਹਿੰਦਾ ਹੈ ਸਬਸਕ੍ਰਾਈਬ ਟੂ ਜੈਗੀ ਦੀ ਵਲੌਗ ਮੇਰਾ ਪੁੱਤਰ ਕਹਿੰਦਾ ਹੈ ਜੀ ਸਬਸਕ੍ਰਾਈਬ ਟੂ ਜੈਗੀ ਸ਼ਾਰਟਸ ਥੈਂਕ ਯੂ ਜੀ ਸਾਰਿਆਂ ਦਾ ਮੇਰਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰਨ ਵਾਸਤੇ ਇੱਦਾਂ ਹੀ ਐਸੇ ਹੀ ਵਾਚ ਕਰੋ ਔਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਕੰਗ੍ਰੈਚੁਲੇਸ਼ਨ ਸਭ ਕੋ ਇੰਡੀਆ ਕੀ ਜੀਤ ਪੇ ਮਜ਼ਾ ਆ ਗਿਆ ਜੀ ਆਪਣੇ ਤੋਂ ਆਜ ਦੂਸਰੀ ਟੀਮ ਕੋ ਨਾ ਆਜ ਥੱਪੜ ਮਾਰ ਮਾਰ ਕੇ ਭਗਾਇਆ ਬਹੁਤ ਅੱਛਾ ਕੀਆ ਮਜ਼ਾ ਆ ਗਿਆ ਔਰ ਅਬ ਹਮ ਅਗਲੇ ਮੈਚ ਮੇ ਮਿਲੇਂਗੇ ਆਪਕੋ ਐਸੇ ਹੀ ਐਸੀ ਐਨਰਜੀ ਕੇ ਸਾਥ ਕੋਸ਼ਿਸ਼ ਕਰੇਂਗੇ ਅਗਲੇ ਵਾਰ ਬੱਚੋਂ ਜਲਦੀ ਉਠਾ ਦੂੰ ਯਾਰ ਆਜ ਲੇਟ ਉਠੇ ਕਿਆ ਕਰੂੰ ਕੋਸ਼ਿਸ਼ ਮੇਰੀ ਹੋਤੀ ਹੈ ਇਨਕੋ ਮੈਂ ਉਠਾਊਂ ਲੇਕਿਨ ਯੇ ਰਾਤ ਕੋ ਸੋਤੇ ਲੇਟ ਹੈ ਯਾਰ ਆਪ ਇਨਕੋ ਬੋਲ ਦੋਗੇ ਜਲਦੀ ਸੋਇਆ ਕਰੋ ਮੈਚ ਕੀ ਦਿਨ ਪਹਿਲੇ ਹੈ ਔਰ ਕਮੈਂਟ ਕਰਕੇ ਬਤਾਨਾ ਯਾਰ ਆਜ ਮੇਰੀ ਹਿੰਦੀ ਕੈਸੀ ਲਗੀ ਕੋਸ਼ਿਸ਼ ਮੈਨੇ ਕੀ ਹੈ ਮੁਝੇ ਲਗਤਾ ਅਗਰ 15 ਮਿੰਟ ਕਾ ਵਲਾਗ ਹੋਗਾ ਨਾ 5 ਮਿੰਟ ਮੈਂ ਹਿੰਦੀ ਬੋਲੀ ਯਾਰ ਕੋਸ਼ਿਸ਼ ਕੀ ਹੈ ਮੈਨੇ ਅਗਲੇ ਵਲਾਗ ਮੈਂ ਔਰ ਬੋਲੂੰਗਾ ਔਰ ਬਤਾਓ ਕਿ ਮੈਂ ਆਸਟ੍ਰੇਲੀਆ ਵਾਲਾ ਵਲੌਗ ਬਣਾਓ ਕਿ ਨਹੀਂ ਬਣਾਓ ਆਸਟ੍ਰੇਲੀਆ ਇੰਡੀਆ ਕੇ ਮੈਚ ਮੈਂ ਕਿਉਂ ਕਿਉਂਕਿ ਮੈਂ ਨਹੀਂ ਚਾਹਤਾ ਕਿ ਰਿਪੀਟੇਟਿਵ ਹੋ ਇੱਕ ਜੈਸੇ ਲਗੇ ਸਾਰੇ ਵਲੌਗ ਸੈਮੀਫਾਈਨਲ ਤੋਂ ਮੈਂ ਬਣਾਊਂਗਾ ਜੀ ਤੋ ਕਮੈਂਟ ਕਰਕੇ ਬਤਾਨਾ ਮੈਂ ਉਹ ਬਣਾਊਂਗਾ ਬੱਚੋਂ ਕੇ ਸਾਥ ਤਬ ਇੱਕ ਚੀਜ਼ ਹੋ ਗਈ ਪਤਾ ਕਿ ਕਿਆ ਬਾਤ ਹੈ ਉਸ ਦਿਨ ਬੱਚੋਂ ਕੀ ਛੁੱਟੀ ਕਰਨੀ ਪੜੇਗੀ ਬੱਚੋਂ ਕੇ ਬਿਨਾਂ ਤੋਂ ਮੈਂ ਬਣਾ ਨਹੀਂ ਸਕਦਾ ਠੀਕ ਹੈ ਜੀ ਆ ਬਤਾਓ ਬਣਾਊ ਤੋ ਕਮੈਂਟ ਕਰਨਾ ਫਿਰ ਮੈਂ ਬੱਚੋਂ ਕੀ ਛੁੱਟੀ ਕਰਾਊਂਗਾ ਇਹ ਤੇ ਖੁਸ਼ ਹੈ ਨਾ ਇਹ ਤੇ ਕਹਿੰਦਾ ਛੁੱਟੀ ਸਾਨੂੰ ਬਣਾ ਦਿਓ ਹਾਂਜੀ ਬੱਚਾ ਓਕੇ ਮੇਰਾ ਬੱਚਾ ਚਲੋ ਜੀ ਥੈਂਕ ਯੂ ਮੇਰਾ ਚੈਨਲ ਲਾਈਕ ਅਤੇ ਸਬਸਕ੍ਰਾਈਬ ਕਰਨਾ ਸੇ ਇੱਦਾਂ ਹੀ ਲਾਈਕ ਕਰੋ ਸਬਸਕ੍ਰਾਈਬ ਕਰੋ ਅੱਗੇ ਸ਼ੇਅਰ ਕਰੋ
ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਮੇਰੀ ਤਰਫੋਂ, ਮੇਰੀ ਫੈਮਿਲੀ ਤਰਫੋਂ, ਅਤੇ ਆਪਾਂ ਹੁਣ ਤੁਹਾਨੂੰ ਮਿਲਦੇ ਹਾਂ ਇੱਕ ਨਵੇਂ ਵਲੌਗ 'ਤੇ। ਥੈਂਕ ਯੂ ਜੀ, ਬਾਏ।